ਵਾਹਿਗੁਰੂ 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 ਤੈਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਮੈਂ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪ੍ਰਿੰਸ ਪੰਜਾਬੀ ਟ੍ਰੈਵਲਰ ਉੱਪਰ ਸਵਾਗਤ ਕਰਦੇ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬਾਬੇ ਸ਼ਹੀਦ ਅਜਨਾਲ ਵਿਖੇ ਦਰਸ਼ਨ ਕਰਨ ਆਏ ਹਾਂ ਜੀ। ਇਸ ਵੀਡੀਓ ਦੇ ਵਿੱਚ ਆਪਾਂ ਇਸ ਸਥਾਨ ਦੇ ਦਰਸ਼ਨ ਕਰਾਂਗੇ, ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ। ਅਗਰ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਵਾਹਿਗੁਰੂ ਜੀ, ਕਮੈਂਟ ਕਰਿਆ ਕਰੋ ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ। ਵੱਧ ਤੋਂ ਇਸ ਨੂੰ ਸ਼ੇਅਰ ਕਰਿਓ। ਆਓ ਹੁਣ ਚੱਲੀਏ ਆਪਾਂ ਇਸ ਸਥਾਨ ਦੇ ਦਰਸ਼ਨ ਕਰੀਏ। ਇਹ ਸਥਾਨ ਆ ਜੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ, ਇਹ ਸਥਾਨ ਪੈਂਦਾ ਆ ਜੀ ਪਿੰਡ ਰਾਜਗੜ੍ਹ ਤੋਂ। ਇਸ ਸਥਾਨ ਦੀ ਦੂਰੀ ਜੀ ਤਕਰੀਬਨ 2 ਕਿਲੋਮੀਟਰ ਆ ਅਤੇ ਜਿਟੀ ਰੋਡ ਤੋਂ ਇਸ ਸਥਾਨ ਦੀ ਦੂਰੀ ਜੀ 3 ਕਿਲੋਮੀਟਰ ਆ ਜੀ। ਨਹਿਰ ਦੇ ਉੱਤੇ ਜੀ ਬਹੁਤ ਸੋਹਣਾ ਇਹ ਸਥਾਨ ਬਣਿਆ ਹੋਇਆ ਜੀ। ਆਜੋ ਆਪਾਂ ਸਾਰੇ ਜਣੇ ਰਲ ਮਿਲ ਕੇ ਜੀ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ। ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਜੀ ਤੁਸੀਂ ਦੇਖ ਸਕਦੇ ਹੋ ਸ਼ਾਪਸ ਲੱਗੀਆਂ ਹੋਈਆਂ ਨੇ ਜਿੱਥੇ ਆਪਾਂ ਬੱਚਿਆਂ ਦੇ ਖਿਡੌਣੇ, ਰੁਮਾਲ ਆਦਿ ਲੈ ਸਕਦੇ ਹਾਂ। ਦੇਖ ਸਕਦੇ ਤੁਸੀਂ ਆਪਣੀ ਸਕਰੀਨ ਉੱਪਰ। ਸਾਹਮਣੇ ਆਪਾਂ ਖਾਣ ਪੀਣ ਦੀ ਦੁਕਾਨ ਦੇਖ ਸਕਦੇ ਹਾਂ, ਬ੍ਰੈਡ ਪਕੌੜੇ ਦੇਖ ਸਕਦੇ ਤੁਸੀਂ ਆਪਣੀ ਸਕਰੀਨ ਉੱਪਰ। ਬਹੁਤ ਵੱਡਾ ਰੁੱਖ ਵੀ ਇਸ ਜਗ੍ਹਾ ਤੇ ਲੱਗਿਆ ਹੋਇਆ ਦੇਖ ਸਕਦੇ ਹੋ। ਇੱਥੇ ਵੀ ਜੀ ਮਾਰਕੀਟ ਲੱਗੀ ਹੋਈ ਹੈ। ਸਾਹਮਣੇ ਅਸੀਂ ਰੱਖੜੀਆਂ ਦੀ ਸਟਾਲ ਦੇਖ ਸਕਦੇ ਹੋ। ਸਾਹਮਣੇ ਜੀ ਆਪਾਂ ਦੇਖ ਸਕਦੇ ਹਾਂ ਪਾਰਕਿੰਗ ਹੈ ਸਕੂਟਰ ਮੋਟਰਸਾਈਕਲ ਦੀ, ਦੇਖ ਸਕਦੇ ਤੁਸੀਂ ਆਪਣੀ ਸਕਰੀਨ ਉੱਪਰ। ਆਪਾਂ ਆਪਣਾ ਮੋਟਰਸਾਈਕਲ ਪਾਰਕ ਕਰਤਾ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਦਰਸ਼ਨ ਕਰਦੇ ਹਾਂ ਜੀ। ਸਾਹਮਣੇ ਆਪਾਂ ਦੇਖ ਸਕਦੇ ਹਾਂ ਜੀ ਨਹਿਰ, ਪਾਣੀ ਦਾ ਵਹਾਅ ਦੇਖੋ ਕਾਫੀ ਤੇਜ਼ ਹੈ। ਸਾਹਮਣੇ ਜਿਹੜਾ ਤੁਸੀਂ ਰੋਡ ਦੇਖ ਰਹੇ ਹੋ, ਇੱਕ ਪਾਸੇ ਨੂੰ ਇਹ ਰੋਡ ਜੀ, ਇਸ ਪਾਸੇ ਨੂੰ ਇਹ ਰੋਡ ਲੁਧਿਆਣੇ ਵੱਲ ਨੂੰ ਜਾਂਦਾ ਆ ਤੇ ਇਸ ਪਾਸੇ ਨੂੰ ਇਹ ਰੋਡ ਜੀ। ਆਪਾਂ ਸ਼੍ਰੀ ਅਨੰਦਪੁਰ ਸਾਹਿਬ ਜਾਣਾ ਹੋਵੇ ਤਾਂ ਇਸ ਪਾਸੇ ਨੂੰ ਜਾ ਸਕਦੇ ਹਾਂ। ਇਹ ਦਿੱਲੀ ਵਾਲੇ ਰੋਡ ਨੂੰ ਟੱਚ ਕਰਦਾ ਜੀ, ਇਹ ਰੋਡ ਆ ਜਿਹੜਾ ਬਣਿਆ ਹੋਇਆ ਜੀ। ਪਾਣੀ ਦਾ ਬਹਾਅ ਦੇਖੋ ਕਿੰਨਾ ਜ਼ਿਆਦਾ ਆ ਜੀ ਇਸ ਜਗ੍ਹਾ ਦੇ ਉੱਤੇ। ਨਹਿਰ ਦੇ ਉੱਤੇ ਜੀ ਇਹ ਸਥਾਨ ਬਣਿਆ ਹੋਇਆ ਜੀ, ਇਹ ਸਾਹਮਣੇ ਬਣਿਆ ਹੋਇਆ ਜੀ ਜੋੜਾ ਘਰ, ਜਿਸ ਜਗ੍ਹਾ ਜੀ ਆਪਾਂ ਆਪਣਾ ਜੋੜਾ ਜਮ੍ਹਾਂ ਕਰਵਾ ਸਕਦੇ ਹਾਂ ਜੀ। ਦੇਖ ਸਕਦੇ ਹੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੀ, ਇਹ ਆ ਜੋੜਾ ਘਰ ਜੀ, ਜਿਸ ਜਗ੍ਹਾ ਆਪਾਂ ਆਪਣਾ ਜੋੜਾ ਜਮ੍ਹਾਂ ਕਰਵਾ ਸਕਦੇ ਹਾਂ ਜੀ। ਕੀ ਹਾਲ ਹੈ ਜੀ? ਦਸਵੀਂ ਵਾਲੇ ਦਿਨ ਜੀ ਲੱਡੂ ਅਤੇ ਪਤਾਸਿਆਂ ਦਾ ਪ੍ਰਸ਼ਾਦ ਇੱਥੋਂ ਆਪਾਂ ਲੈ ਸਕਦੇ ਹਾਂ ਜੀ। ਅਤੇ ਸਾਹਮਣੇ ਸ਼ੋਪਸ ਬਣੀ ਹੋਈ ਆ ਸ਼ੋਪ ਜੀ ਇਸ ਜਗ੍ਹਾ ਤੋਂ ਜੀ। ਪਿਛਲੀ ਵੀਡੀਓ ਦੇ ਵਿੱਚ ਜੀ ਆਪਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਸੀ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਜਗ੍ਹਾ ਜੀ ਕਈ ਕੌਤਕ ਕੀਤੇ ਸੀ। ਪਾਣੀ ਦੀ ਸਮੱਸਿਆ ਸੀ ਬਹੁਤ ਜ਼ਿਆਦਾ, ਉਹਦੇ ਹੱਲ ਕੀਤੇ ਚਰਨ ਛੋਹ ਗੰਗਾ ਜੀ ਉਸ ਸਥਾਨ ਦੇ ਉੱਤੇ ਪ੍ਰਗਟ ਕੀਤੀ ਸੀ। ਜੇਕਰ ਤੁਸੀਂ ਉਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਤਾਂ ਸਾਡੇ ਚੈਨਲ 'ਤੇ ਜਾ ਕੇ ਉਸ ਸਥਾਨ ਦੇ ਦਰਸ਼ਨ ਕਰ ਸਕਦੇ ਹੋ।
ਇਸ ਜਗ੍ਹਾ ਜੀ ਫ੍ਰੀ ਮੈਡੀਕਲ ਕੈਂਪ ਦਸਵੀਂ ਵਾਲੇ ਦਿਨ ਲਗਾਇਆ ਜਾਂਦਾ ਆ। ਜੇਕਰ ਤੁਸੀਂ ਕੋਈ ਮੈਡੀਸਨ ਲੈਣੀ ਹੋਵੇ ਤਾਂ ਇਸ ਜਗ੍ਹਾ ਤੋਂ ਲੈ ਸਕਦੇ ਹੋ ਜੀ। ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਜੀ, ਇੱਕ ਸਾਈਡ ਦੇ ਉੱਤੇ ਬਹੁਤ ਸੋਹਣੀ ਜੀ ਫੁਲਵਾੜੀ ਬਣੀ ਹੋਈ ਆ ਜੀ, ਰੁੱਖ ਲੱਗੇ ਹੋਏ ਨੇ ਵੱਡੇ ਵੱਡੇ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਲਾਈਕ ਜ਼ਰੂਰ ਕਰਿਓ ਜੀ, ਕਮੈਂਟ ਵਿੱਚ ਵਾਹਿਗੁਰੂ ਜੀ ਲਿਖਿਆ ਕਰੋ। ਇਹ ਸੋਹਣਾ ਨਿਸ਼ਾਨ ਸਾਹਿਬ ਇਸ ਸਥਾਨ ਉੱਪਰ ਝੂਲਦਾ ਹੋਇਆ ਜੀ ਦੇਖ ਸਕਦੇ ਹੋ। ਜੇਕਰ ਜੀ ਆਪਾਂ ਪੈਸੇ ਖੁੱਲ੍ਹੇ ਲੈਣੇ ਹੋਣ ਤਾਂ ਇਸ ਜਗ੍ਹਾ ਤੋਂ ਪੈਸੇ ਖੁੱਲ੍ਹੇ ਲੈ ਸਕਦੇ ਹਾਂ ਜੀ। ਜੇਕਰ ਆਪਾਂ ਸ਼੍ਰੀ ਅਖੰਡ ਪਾਠ ਸਾਹਿਬ ਇਸ ਸਥਾਨ ਦੇ ਉੱਤੇ ਬੁੱਕ ਕਰਵਾਉਣੇ ਹੋਣ ਜੀ ਤਾਂ ਇਸ ਜਗ੍ਹਾ ਦੇ ਉੱਤੇ ਅਖੰਡ ਪਾਠ ਸਾਹਿਬ ਬੁੱਕ ਕਰਵਾ ਸਕਦੇ ਹਾਂ, ਰਸੀਦ ਲੈ ਸਕਦੇ ਹਾਂ ਜੀ। ਇਹ ਬਾਬਾ ਜੀ ਇਸ ਜਗ੍ਹਾ ਜੀ ਦਸਵੀਂ ਵਾਲੇ ਦਿਨ ਜੀ ਫ੍ਰੀ ਦੇ ਵਿੱਚ ਗੁੱਗਲ ਧੂਫ ਦਿੰਦੇ ਨੇ ਜੀ। ਜੇਕਰ ਤੁਸੀਂ ਗੁੱਗਲ ਧੂਫ ਲੈਣੀ ਹੋਵੇ ਤਾਂ ਇਸ ਜਗ੍ਹਾ ਤੋਂ ਲੈ ਸਕਦੇ ਹੋ ਜੀ। ਆ ਜਾਓ ਹੁਣ ਆਪਾਂ ਸਾਰੇ ਜਣੇ ਰਲ ਮਿਲ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਜੀ। ਇਹ ਆ ਜੀ ਅੱਜ ਦਾ ਹੁਕਮਨਾਮਾ ਸਾਹਿਬ, ਵੀਡੀਓ ਨੂੰ ਰੋਕ ਕੇ ਤੁਸੀਂ ਪੜ੍ਹ ਸਕਦੇ ਹੋ। ਜੇਕਰ ਵੀਡੀਓ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ। ਬਾਣੀ ਪੜ੍ਹਿਆ ਕਰੋ, ਬਾਣੀ ਸੁਣਿਆ ਕਰੋ, ਬਾਣੀ ਕਿੰਨੀ ਮਿੱਠੀ ਕਰ ਜੂਗੀ ਜੀਵਾਂ ਦੇ ਮਨ ਤੋਂ ਲਾਉਂਦੀ ਮਿੱਠੀ।
ਸਾਡ ਮੀਤ ਪਿਆਰੇ ਤੂੰ ਕਰ ਲੈ ਬਾਣੀ ਨਾਲ ਪਿਆਰ, ਇਹ ਸੋਮਾ ਅੰਮ੍ਰਿਤ ਦਾ ਦਿੰਦੇ ਤਪਦੇ ਹਿਰਦੇ ਠਾਰ, ਇਹ ਚਮਕਣ ਅਰਸ਼ਾਂ ਤੋਂ ਜਿੰਨਾ ਮੌਜ ਇਸ ਦੀ ਬਾਣੀ ਰਸ ਭਰਤਾ, ਅੰਮ੍ਰਿਤ ਮਿੱਠੀ ਮਿਸ਼ਰੀ ਤੋਂ ਬਰਮਾਨ, ਇਸੇ ਦੀ ਕਿਰਪਾ ਤੇ ਕੋੜੇ ਰੀਠੇ ਮਿੱਠੇ ਹੋ ਗਏ, ਇਸੇ ਦੀ ਮਿਹਰ ਤੇ ਪੰਜੇ ਨਾਲ ਪਹਾੜ ਖਲੋਵੇ, ਸੇਵਾ ਕਰਨੀ ਹੋਵੇ ਲੰਗਰਾਂ ਦੇ ਵਿੱਚ ਉਹ ਵੀ ਆਪਾਂ ਕਰ ਸਕਦੇ ਹਾਂ ਜੀ। ਇਸ ਜਗ੍ਹਾ ਜੀ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾਂਦਾ ਸੰਗਤ ਵਾਸਤੇ ਜੀ, ਸੰਗਤ ਦੇ ਛਕਣ ਵਾਸਤੇ ਜੀ। ਆਪਾਂ ਜੀ ਪ੍ਰਸ਼ਾਦਾ ਪਾਣੀ ਛਕ ਲਿਆ ਜੀ, ਜਿੰਨੀ ਕੁ ਉਸ ਪਰਮਾਤਮਾ ਉਸ ਵਾਹਿਗੁਰੂ ਨੇ ਸੇਵਾ ਬਖਸ਼ੀ ਸੀ ਆਪਾਂ ਸੇਵਾ ਵੀ ਕਰ ਚੱਲੇ ਜੀ। ਅੱਜ ਹੁਣ ਆਪਾਂ ਚੱਲਦੇ ਹਾਂ ਉਸ ਜਗ੍ਹਾ ਵੱਲ ਨੂੰ ਜੀ, ਜਿਸ ਜਗ੍ਹਾ ਸੈਮ ਕੰਪਨੀ ਵੱਲੋਂ ਬਹੁਤ ਵੱਡਾ ਸੋਲਰ ਪ੍ਰੋਜੈਕਟ ਲਗਾਇਆ ਗਿਆ ਜੀ। ਨਹਿਰ ਦੇ ਉੱਤੇ ਇਹ ਬਹੁਤ ਵੱਡਾ ਪ੍ਰੋਜੈਕਟ ਲੱਗਿਆ ਹੋਇਆ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਇਹ ਤੁਸੀਂ ਪੜ੍ਹ ਸਕਦੇ ਹੋ, ਬੋਰਡ ਲੱਗਿਆ ਹੋਇਆ ਜੀ, ਸੈਮ ਸੋਲਰ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਜੀ ਇਹ ਬਹੁਤ ਵੱਡਾ ਸੋਲਰ ਪ੍ਰੋਜੈਕਟ ਇਸ ਸਥਾਨ ਉੱਤੇ ਇਸ ਜਗ੍ਹਾ ਦੇ ਉੱਤੇ ਲਗਾਇਆ ਗਿਆ ਜੀ। ਜ਼ਿੰਦਗੀ 'ਚ ਮੌਕਾ ਲੱਗਿਆ ਤਾਂ ਇੱਕ ਵਾਰ ਜ਼ਰੂਰ ਜੀ ਇਸ ਸਥਾਨ ਦੇ ਦਰਸ਼ਨ ਕਰਿਓ ਜੀ। ਬਹੁਤ ਸੋਹਣਾ ਅਤੇ ਵੱਡਾ ਜੀ ਇਹ ਸਥਾਨ ਬਣਿਆ ਹੋਇਆ ਜੀ। ਆਪਾਂ ਸਭ ਨੇ ਮਿਲ ਕੇ ਜੀ ਬਾਬੇ ਸ਼ਹੀਦ ਅਜਨੌਦ ਦੇ ਦਰਸ਼ਨ ਕਰ ਲਏ ਨੇ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਜੀ ਤਾਂ ਵੀਡੀਓ ਲਾਈਕ ਜ਼ਰੂਰ ਕਰਿਓ ਜੀ। ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਆ ਕਰੋ, ਕਮੈਂਟ ਵਿੱਚ ਵਾਹਿਗੁਰੂ ਜੀ ਲਿਖਿਓ ਜੀ। ਇਸ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਿਓ। ਹੁਣ ਆਪਾਂ ਮਿਲਾਂਗੇ ਨਵੀਂ ਜਗ੍ਹਾ ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।